ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਹਰਿਆਣਾ ਟੀਚਰ एलिजिਬਿਲਟੀ ਟੈਸਟ 2023 ਦੇ ਨਾਲ ਸੰਬੰਧਤ ਬਹੁਤ ਹੀ ਮਹੱਤਵਪੂਰਨ ਅਪਡੇਟ ਹੈ ਜੀ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਦੇ ਵਿੱਚ ਦੱਸਿਆ ਗਿਆ ਜੀ ਕਿ ਹਰਿਆਣਾ ਟੀਚਰ एलिजिਬਿਲਟੀ ਟੈਸਟ 2 ਦਸੰਬਰ 2023 ਅਤੇ 3 ਦਸੰਬਰ 2023 ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ਤਾਂ ਵਿਦਿਆਰਥੀਆਂ ਦੇ ਜੋ ਐਡਮਿਟ ਕਾਰਡ ਨੇ ਅੱਜ ਮਿਤੀ 24 11 2023 ਤੋਂ ਬੋਰਡ ਦੀ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੇ ਗਏ ਨੇ ਤਾਂ ਵਿਦਿਆਰਥੀ ਨੇ ਜੋ ਇਹਨਾਂ ਇਨਸਟਰਕਸ਼ਨਸ ਨੂੰ ਧਿਆਨ ਨਾਲ ਪੜ੍ਹਨ ਉਸ ਤੋਂ ਬਾਅਦ ਹੀ ਆਪਣੇ ਐਡਮਿਟ ਕਾਰਡ ਨੇ ਜੋ ਡਾਊਨਲੋਡ ਕਰਨੇ ਨੇ ਤਾਂ ਵਿਦਿਆਰਥੀ ਇਸ ਗੱਲ ਦਾ ਧਿਆਨ ਰੱਖਣ ਕਿ ਜੋ ਐਡਮਿਟ ਕਾਰਡ ਹੈ ਤੁਹਾਡਾ ਉਹ ਕਲਰ ਪ੍ਰਿੰਟ ਆਊਟ ਹੋਣਾ ਜ਼ਰੂਰੀ ਹੈ ਬਲੈਕ ਐਂਡ ਵਾਈਟ ਐਡਮਿਟ ਕਾਰਡ ਤੁਸੀਂ ਲੈ ਕੇ ਨਹੀਂ ਜਾ ਸਕਦੇ ਤਾਂ ਜਦੋਂ ਪ੍ਰਿੰਟ ਕਰਵਾਉਣਾ ਤੁਸੀਂ ਤਾਂ ਕਲਰ ਪ੍ਰਿੰਟ ਆਊਟ ਹੋਣਾ ਉਹਦਾ ਜ਼ਰੂਰੀ ਹੈ ਤੇ ਉਸ ਤੋਂ ਇਲਾਵਾ ਜੀ ਜਦੋਂ ਪ੍ਰੀਖਿਆ ਕੇਂਦਰ ਦੇ ਉੱਪਰ ਪ੍ਰੀਖਿਆ ਦੇਣ ਜਾਣਾ ਤਾਂ ਤੁਸੀਂ ਰਜਿਸਟ੍ਰੇਸ਼ਨ ਕਰਨ ਵੇਲੇ ਜਿਹੜਾ ਫੋਟੋ ਆਈਡੀ ਪ੍ਰੂਫ ਲਾਇਆ ਸੀ ਉਹੋ ਹੀ ਤੁਸੀਂ ਮੂਲ ਰੂਪ ਦੇ ਵਿੱਚ ਅਸਲੀ ਰੂਪ ਦੇ ਵਿੱਚ ਪ੍ਰੀਖਿਆ ਕੇਂਦਰ ਦੇ ਉੱਪਰ ਲੈ ਕੇ ਜਾਣਾ ਪ੍ਰੀਖਿਆ ਸ਼ੁਰੂ ਹੋਣ ਤੋਂ 2 ਘੰਟੇ 10 ਮਿੰਟ ਪਹਿਲਾਂ ਤੁਸੀਂ ਪ੍ਰੀਖਿਆ ਕੇਂਦਰ ਦੇ ਉੱਪਰ ਪਹੁੰਚਣਾ ਹੈ ਤਾਂ ਜੋ ਜ਼ਰੂਰੀ ਫਾਰਮੈਲिटीज ਨੇ ਜਿਦੇ ਵਿੱਚ ਮੈਟਲ ਡਿਟੈਕਟਰ ਦੇ ਨਾਲ ਤਲਾਸ਼ੀ ਹੋਣੀ ਹੈ ਬਾਇਓਮੈਟ੍ਰਿਕ ਕਰਵਾਈ ਜਾਣੀਆਂ ਅੰਗੂਠੇ ਦਾ ਨਿਸ਼ਾਨ ਲਿਆ ਜਾਣਾ ਹੈ ਡਾਟਾ ਕੈਪਚਰਿੰਗ ਤੇ ਹੋਰ ਜ਼ਰੂਰੀ ਜੋ ਉਪਚਾਰਿਕਤਾਵਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਬਦਲਣ ਜਾਂ ਵਿਸ਼ਾ ਬਦਲਣ ਦੀ ਇਜਮਤੀ ਨਹੀਂ ਹੋਵੇਗੀ ਇਸ ਤੋਂ ਇਲਾਵਾ ਉਹ ਚੀਜ਼ਾਂ ਜੋ ਤੁਸੀਂ ਪ੍ਰੀਖਿਆ ਕੇਂਦਰ ਦੇ ਉੱਪਰ ਨਹੀਂ ਲੈ ਕੇ ਜਾ ਸਕਦੇ ਜਿਦੇ ਵਿੱਚ ਹੈ ਜੀ ਅੰਗੂਠੀ, ਵਾਲੀਆਂ, ਚੇਨ, ਹਾਰ, ਲਟਕਣ, ਬਰੋਚ ਜਾਂ ਗਹਿਣੇ ਕਿਸੇ ਵੀ ਤਾਂਤ ਦੀ ਵਸਤੂ ਤੋਂ ਬਨੇ ਹੋਏ ਕੈਮਰਾ, ਘੜੀ, ਕੈਲਕੂਲੇਟਰ, ਮੋਬਾਈਲ, ਪੇਜਰ, ਬਲੂਟੁੱਥ, 이어ਫੋਨ, ਪਰਸ, ਲੌਗ, ਟੇਬਲ, ਹੈਲਥ ਬੈਂਡ, ਇਲੈਕਟ੍ਰੋਨਿਕ ਗੈਜਟ, ਪਲਾਸਟਿਕ ਪਾਊਚ, ਕੋਰਾ ਜਾਂ মুদ্রিত ਕਾਗਜ਼ ਜਾਂ ਲਿਖਤੀ ਚਿੱਠੀ ਆ ਜੋ ਤੁਸੀਂ ਪ੍ਰੀਖਿਆ ਕੇਂਦਰ ਦੇ ਉੱਪਰ ਨਹੀਂ ਲੈ ਕੇ ਜਾ ਸਕਦੇ ਅੱਗੇ ਜੀ ਮਹਿਲਾਵਾਂ ਜੋ ਮੈਰਿਡ ਨੇ ਉਹ ਆ ਮੰਗਲ ਸੂਤਰ ਬਿੰਦੀ ਤੇ ਸੰਧੂਰ ਪਾ ਕੇ ਜਾ ਸਕਦੀਆਂ ਨੇ ਬੈਪਟਾਈਜ਼ਡ ਤੇ ਸਿੱਖ ਕੈਂਡੀਡੇਟ ਨੇ ਜੋ ਉਹ ਧਾਰਮਿਕ ਪ੍ਰਤੀਕਾਂ ਨੂੰ ਨਾਲ ਲੈ ਕੇ ਜਾ ਸਕਦੇ ਨੇ ਤਾਂ ਵਿਦਿਆਰਥੀ ਇਹ ਵੀ ਧਿਆਨ ਰੱਖਣ ਡਾਊਨਲੋਡ ਐਡਮਿਟ ਕਾਰਡ ਕਰਨ ਵੇਲੇ ਕਿ ਇੱਕ ਸੈਂਟਰ ਕਾਪੀ ਹੈ ਤੇ ਇੱਕ ਕੈਂਡੀਡੇਟ ਕਾਪੀ ਹੈ ਤਾਂ ਦੋਵਾਂ ਦਾ ਇੱਕ ਇੱਕ ਕਲਰ ਪ੍ਰਿੰਟ ਆਊਟ ਨਾਲ ਲੈ ਕੇ ਜਾਣਾ ਜ਼ਰੂਰੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈ ਜੀ ਕਿ ਪ੍ਰਵੇਸ਼ ਪੱਤਰ ਪंजीकरण ਕਰਨ ਸਮੇਂ ਅਪਲੋਡ ਕੀਤਾ ਗਿਆ ਰੰਗीन ਫੋਟੋ ਲਗਾਣਾ ਤੁਸੀਂ ਤੇ ਰਾਜ ਪੱਤਰੀ ਤੇ ਅਧਿਕਾਰੀ ਤੋਂ ਉਹਨੂੰ ਅਟੈਸਟਡ ਕਰਵਾ ਕੇ ਪ੍ਰੀਖਿਆ ਕੇਂਦਰ ਦੇ ਉੱਪਰ ਲੈ ਕੇ ਜਾਣਾ ਜ਼ਰੂਰੀ ਹੈ ਉਸ ਤੋਂ ਇਲਾਵਾ ਜੋ ਦ੍ਰਿਸ਼ਟੀਹੀਨ ਵਿਦਿਆਰਥੀ ਨੇ ਦਿਵਿਆਂਗ ਵਿਦਿਆਰਥੀ ਨੇ ਆਪਣੇ ਹੱਥਾਂ ਦੇ ਨਾਲ ਲਿਖਣ ਤੋਂ ਅਸਮਰਥ ਨੇ ਤੇ ਜੋ ਰਾਈਟਰ ਜਾਂ ਲੇਖਕ ਦੀ ਸਹੂਲਤ ਪ੍ਰਾਪਤ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ 2023 ਹਰੇਕ ਪੇਪਰ ਦੇ ਵਿੱਚ 50 ਮਿੰਟ ਦਾ ਸਮਾਂ ਜੋ ਕੰਪਨੀ ਸੈਂਟਰੀ ਸਮਾਂ ਜੋ ਦਿੱਤਾ ਜਾਵੇਗਾ ਤੇ ਨੇਤਰਹੀਨ ਉਮੀਦਵਾਰ ਤੇ ਹੋਰ ਦਿਵਿਆਂਗ ਉਮੀਦਵਾਰ ਨੇ ਜੋ ਆਪਣੇ ਹੱਥਾਂ ਦੇ ਨਾਲ ਲਿਖਣ ਤੋਂ ਅਸਮਰਥ ਨੇ ਤੇ ਲੇਖਕ ਦੀ ਸਹੂਲਤ ਦਾ ਲਾਭ ਨਹੀਂ ਉਠਾ ਰਹੇ ਉਹਨਾਂ ਨੂੰ ਵੀ 50 ਮਿੰਟ ਦਾ ਪ੍ਰਤੀਪੂਰਕ ਸਮਾਂ ਜੋ ਉਹ ਦਿੱਤਾ ਜਾਵੇਗਾ ਸਕ੍ਰਾਈਬ ਦੀ ਸਹੂਲਤ ਕਿਸੇ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ ਜੋ ਦ੍ਰਿਸ਼ਟੀਵਾਦੀ ਤਸ਼ਕਰੀਨੀ ਨੇ 40% ਜਾਂ ਉਸ ਤੋਂ ਅਧਿਕ ਦਿਵਿਆਂਗਤਾ ਰੱਖਦਾ ਹੈ ਹੱਥਾਂ ਨਾਲ ਲਿਖਣ ਤੋਂ ਅਸਮਰੱਥ ਹੈ ਜਦ ਹੀ ਅਜਿਹਾ ਵਿਅਕਤੀ ਚਾਹੁੰਦਾ ਹੈ ਠੀਕ ਹੈ ਜੀ ਤਾਂ ਉਮੀਦਵਾਰ ਨੂੰ ਸਵੈਮ ਲੇਖਕ ਦਾ ਚੈਨ ਕਰਨ ਦੀ ਅਨੁਮਤੀ ਦਿੱਤੀ ਜਾ ਸਕਦੀ ਹੈ ਜਾਂ ਉਸਕੇ ਅਦੇ ਅਨੁਰੋਧ ਤੇ ਬੋਰਡ ਕਾਰਿਆਲਾ ਦੁਆਰਾ ਪ੍ਰਦਾਨ ਕੀਤਾ ਜਾ ਸਕਦਾ ਹੈ ਅਜਿਹੇ ਉਮੀਦਵਾਰਾਂ ਨੂੰ ਘੱਟੋ ਘੱਟ 7 ਦਿਨ ਪਹਿਲਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4:30 ਵਜੇ ਤੱਕ ਲੇਖਕ ਦੇ ਲਈ ਜਾਂ ਰਸਕ੍ਰਾਈਬ ਦੇ ਲਈ ਬੋਰਡ ਕਾਰਿਆਲਿਆ ਦੇ ਨਾਲ ਸੰਪਰਕ ਕਰਨਾ ਪਵੇਗਾ ਤਾਂ ਉਸ ਤੋਂ ਬਾਅਦ ਉਹਦੇ ਜੋ ਅਨੁਰੋਧ ਹੈ ਉਹਦੇ ਉੱਪਰ ਕੇਂਦਰ ਪ੍ਰੀਖਿਸ਼ਕ ਦੇ ਅਧਿਕਸ਼ਕ ਦੇ ਦੁਆਰਾ ਉਹਨੂੰ ਪ੍ਰਦਾਨ ਕੀਤਾ ਜਾਵੇਗਾ ਐਸੇ ਉਮੀਦਵਾਰ 2 ਦਿਨ ਪਹਿਲਾਂ ਦੁਪਹਿਰ 1 ਵਜੇ ਤੋਂ ਲੈ ਕੇ 4 ਵਜੇ ਤੱਕ ਸਕ੍ਰਾਈਬ ਦੇ ਲਈ ਪ੍ਰੀਖਿਆ ਕੇਂਦਰ ਦੇ ਵਿੱਚ ਕੇਂਦਰ ਅਧਿਕਸ਼ਕ ਹੈ ਜੋ ਉਹਦੇ ਨਾਲ ਸੰਪਰਕ ਕਰਨ ਜੋ ਸਕ੍ਰਾਈਬ ਹੈ ਉਹਦੀ ਸਿੱਖਸ਼ਣਿਕ ਯੋਗਤਾ ਜੋ ਸੀਨੀਅਰ ਸਕੈਂਡਰੀ ਤੋਂ ਅਧਿਕ ਨਹੀਂ ਹੋਣੀ ਚਾਹੀਦੀ ਤੇ ਇਹਦੇ ਜੋ ਐਸਪੀਐਲ 1 ਪਰਫਾਰਮਾ ਐਸਪੀਐਲ 2 ਪਰਫਾਰਮਾ ਤੇ ਅਪੈਂਡਿਕਸ 1 ਪਰਫਾਰਮਾ ਜੋ ਉਹ ਵਿਭਾਗ ਦੀ ਤੁਸੀਂ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਜਾ ਕੇ ਡਾਊਨਲੋਡ ਕਰ ਸਕਦੇ ਹੋ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਸੂਚਨਾ ਜੀ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਐਡਮਿਟ ਕਾਰਡ ਡਾਊਨਲੋਡ ਨਹੀਂ ਹੋ ਰਹੇ ਤਾਂ ਜਿਨ੍ਹਾਂ ਵਿਦਿਆਰਥੀਆਂ ਦੇ ਐਡਮਿਟ ਕਾਰਡ ਡਾਊਨਲੋਡ ਨਹੀਂ ਹੋ ਰਹੇ ਅਜਿਹੇ ਵਿਦਿਆਰਥੀ ਜੋ ਕਨਫਰਮੇਸ਼ਨ ਪੇਜ ਹੈ ਜੋ ਫਾਰਮ ਭਰਨ ਵੇਲੇ ਤੁਸੀਂ ਕਨਫਰਮੇਸ਼ਨ ਪੇਜ ਲਿਆ ਸੀ ਉਹਨੂੰ ਨਾਲ ਲੈ ਕੇ ਬੋਰਡ ਦੇ ਮੁੱਖ ਦਫ਼ਤਰ ਭਵਾਨੀ ਦੇ ਵਿੱਚ ਕਮਰਾ ਨੰਬਰ 28 ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4:30 ਵਜੇ ਤੱਕ ਤੁਸੀਂ ਪਰਸਨਲੀ ਰੂਪ ਦੇ ਵਿੱਚ ਜਾ ਕੇ ਸੰਪਰਕ ਕਰ ਸਕਦੇ ਹੋ ਤਾਂ ਜੋ ਕੋਈ ਕਮੀ ਪੇਸ਼ੀ ਆ ਤੁਹਾਡੇ ਉਹਦੇ ਵਿੱਚੋਂ ਦੂਰ ਹੋ ਜੇ ਤੇ ਤੁਹਾਨੂੰ ਐਡਮਿਟ ਕਾਰਡ ਆ ਜੋ ਸਮੇਂ ਸਿਰ ਪ੍ਰਾਪਤ ਹੋ ਸਕੇ ਤਾਂ ਹਰਿਆਣਾ ਟੀਚਰ ਐਲੀਜੀਬਿਲਿਟੀ ਟੈਸਟ TGT ਪੰਜਾਬੀ ਲੈਵਲ 2 ਲੈਵਲ 3 ਦੀ ਪੂਰੀ ਤਿਆਰੀ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਹ ਚੈਨਲ ਦੇ ਉੱਪਰ ਤੁਸੀਂ ਸਾਰੀ ਤਿਆਰੀ ਕਰ ਸਕਦੇ ਹੋ ਜਿਹਦੇ ਵਿੱਚ TGT ਦੇ ਲਈ ਥਿਉਰੀ ਲੈਕਚਰ ਨੇ ਜੋ 6ਵੀਂ 7ਵੀਂ 8ਵੀਂ 9ਵੀਂ 10ਵੀਂ ਥਿਉਰੀ ਲੈਕਚਰ ਨੇ MCQ ਪ੍ਰਸ਼ਨ ਨੇ ਸ਼ਾਰਟ ਅਨਸਰ ਟਾਈਪ ਕੁਐਸਚਨ ਨੇ ਇਸ ਤੋਂ ਇਲਾਵਾ ਸੈਂਪਲ ਪੇਪਰ ਵੀ ਨੇ ਜੋ ਅਪਲੋਡ ਕੀਤੇ ਜਾ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ